ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਦੀਪ ਦੁਆ ਸੋ ਹੈਲਥ ਟਿਪਸ ਪ੍ਰੋਗਰਾਮ ਇ ਸਾਡੇ ਸਾਰੇ ਦੇਸ਼ ਤੇ ਵਿਦੇਸ਼ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਜਿਹੜੇ ਜਿਹੜੇ ਅੱਜ ਦੇ ਗੈਸਟ ਹੈਗੇ ਨੇ ਉਹ ਤੁਹਾਨੂੰ ਦੱਸਣਗੇ ਕਿ 20 ਸਾਲ ਤੋਂ ਜਿਹੜਾ ਹੈਗਾ ਰਿਟੇਲ ਦਾ ਕੰਮ ਕਰ ਰਿਹਾ ਹੈ ਹੋਮਿਓਪੈਥਿਕ ਦਵਾਈ ਦਾ ਔਰ ਤਕਰੀਬਨ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਕਰਦੇ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਮੈਨੂੰ ਉਹਨਾਂ ਦੀ ਬਹੁਤ ਵਧੀਆ ਲੱਗੀ ਹੈ ਕਿ ਇਹਨਾਂ ਨੇ ਲੋਕਾਂ ਨੂੰ ਪੰਪਲਟ ਛਪਵਾ ਕੇ ਜਾਗਰੂਕ ਕਰਨ ਦਾ ਇੱਕ ਟੀਚਾ ਲਿਆ ਕਿ ਬੇਸਿਕਲੀ ਹੋਮਿਓਪੈਥਿਕ ਦਵਾਈ ਹੁੰਦੀ ਕੀ ਹੈ ਕਿ ਤੁਸੀਂ ਹੋਮ ਮਿੱਠੀ ਗੋਲੀ ਤਾਂ ਨਹੀਂ ਖਾਰੇ ਸੋ ਇਹ ਸਾਰੀ ਗੱਲਾਂ ਜਾਣਨ ਲਈ ਸਾਡੇ ਨਾਲ ਅੱਜ ਦੇ ਜਿਹੜੇ ਗੈਸਟ ਹੈਗੇ ਨੇ ਹੋਏ ਗਏ ਨੇ ਰਮੇਸ਼ ਕੁਮਾਰ ਗੁਪਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੱਸੋ ਕਿ ਹੋਮੋਪੈਥਿਕ ਹੈ ਕੀ ਹੈ ਔਰ ਕੀ ਫਰਕ ਹੈ ਐਲੋਪੈਥਿਕ ਔਰ ਹੋਮੋਪੈਥਿਕ ਦੇ ਵਿੱਚ ਉਹ ਤੁਹਾਡਾ ਜਿਹੜਾ 20 ਸਾਲ ਦਾ ਐਕਸਪੀਰੀਅੰਸ ਹੈ ਕਿੱਦਾਂ ਦੇ ਲੋਕ ਇੱਥੇ ਆਏ ਤੁਹਾਡੇ ਕੋਲ ਆਏ ਉਹਨੇ ਸ਼ੁਰੂਆਤ ਜਿਹੜੀ ਹੈ ਹੋਮੋਪੈਥਿਕ ਦੀ ਕਦੋਂ ਤੇ ਕਿੰਨੇ ਕੀਤੀ ਹੋਮੋਪੈਥਿਕ ਦੀ ਸ਼ੁਰੂਆਤ ਲਗਭਗ 250 ਸਾਲ ਹੋ ਗਏ ਡਾਕਟਰ ਸਿਮਨ ਹੈਨਿਮਨ ਜਰਮਨ ਦੇ ਡਾਕਟਰ ਸੀਗੇ ਉਹ ਵੀ ਖੁਦ ਇੱਕ ਐਲੋਪੈਥੀ ਡਾਕਟਰ ਸੀਗੇ ਪਰ ਉਹਨਾਂ ਨੇ ਐਲੋਪੈਥੀ 'ਚ ਕਈ ਕਮੀਆਂ ਦੇਖੀਆਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਖੋਜ ਕਰਦੇ ਕਰਦੇ ਹੋਮਿਓਪੈਥਿਕ ਦੀ ਖੋਜ ਕਰਨ ਦੀ ਸੰਭਾਵਨਾ ਪੈਦਾ ਹੋਈ ਉਹਨਾਂ ਨੇ ਇਹਨਾਂ ਦੇ ਦੇਖਿਆ ਕਾਫੀ ਇਹਨਾਂ ਦੇ ਅچھے ਰਿਜ਼ਲਟ ਹੈਗੇ ਆ ਔਰ ਹੋਮਿਓਪੈਥੀ ਸ਼ਿਫਟ ਹੋ ਗਏ ਜੀ ਹਾਂਜੀ ਔਰ ਜਿਹੜਾ ਤੁਸੀਂ ਇਹ ਦੱਸਿਆ ਕਿ ਹੋਮੋਪੈਥੀ ਜਿਹੜੀ ਦਵਾਈ ਹੈ ਇਹਦੇ ਵਿੱਚ ਫਰਕ ਕੀ ਹੈ ਹੋਮੋਪੈਥਿਕ ਹੋ ਐਲੋਪੈਥਿਕ ਦੇ ਵਿੱਚ ਹੋਮੋਪੈਥੀ ਔਰ ਐਲੋਪੈਥੀ ਦੇ ਵਿੱਚ ਦੋਨਾਂ ਦੀਆਂ ਆਪਣੀਆਂ ਆਪਣੀਆਂ ਮੈਥਡ ਹੈਗੇ ਆ ਚੱਲੰਦੇ ਪਰ ਹੋਮੋਪੈਥਿਕ ਬਹੁਤ ਵੱਡੀ ਸੰਜੀਵਨੀ ਆ ਜਿਹੜੀ ਅੱਜ ਵੀ ਬਹੁਤ ਦੁਨੀਆ ਤੋਂ ਬਹੁਤ ਦੂਰ ਆ ਇਹ ਬਹੁਤ ਇੱਕ ਵਰਦਾਨ ਆ ਦੁਨੀਆ ਵਾਸਤੇ ਜਿਹੜੀ ਦੁਨੀਆ ਦੇ ਕੋਲ ਪਹੁੰਚਣਾ ਬਹੁਤ ਸਮਾਂ ਲੱਗ ਸਕਦਾ ਹੈ ਹਾਂਜੀ ਔਰ ਇੰਡੀਆ ਦੇ ਵਿੱਚ ਹੈ ਜਿਹੜੀ ਦਵਾਈ ਇਹ ਕੌਣ ਲੈ ਕੇ ਆਇਆ ਸੀਗਾ ਇੰਡੀਆ ਵਿੱਚ ਮਹਾਰਾਜਾ ਰਣਜੀਤ ਸਿੰਘ ਲੈ ਕੇ ਆਏ ਸੀਗੇ ਇਸ ਨੂੰ ਔਰ ਉਹਨਾਂ ਦਾ ਖੁਦ ਇਲਾਜ ਕੀਤਾ ਸੀ ਕਿਸੇ ਅੰਗਰੇਜ਼ ਡਾਕਟਰ ਨੇ ਠੀਕ ਹੈ ਔਰ ਬੇਸਿਕਲੀ ਹੋਮੋਪੈਥਿਕ ਦਵਾਈ ਹੈ ਕੀ ਹੈ ਹੋਮੋਪੈਥਿਕ ਦਵਾਈ ਕਾਫੀ ਚੀਜ਼ਾਂ ਤੋਂ ਬਣੀ ਹੋਈ ਹੈ ਅਲੱਗ-ਅਲੱਗ ਸਾਲਟਾਂ ਤੋਂ ਬਣੀ ਹੋਈ ਆ ਅਲੱਗ-ਅਲੱਗ ਪੇੜ-ਪੌਦਿਆਂ ਤੋਂ ਬਣੀ ਹੋਈ ਆ ਔਰ ਲਗਭਗ 1000 ਤੋਂ ਉੱਪਰ ਸਾਲਟ ਨੇ ਜੀ ਜਿਹਨਾਂ ਤੋਂ ਦਵਾਈ ਬਣਾਈ ਜਾਂਦੀ ਹੈ ਜੀ ਹਾਂਜੀ ਤੇ ਕਿਹੜੀ ਜਿਹੜੀ ਬਿਮਾਰੀਆਂ ਨੇ ਜਿਹੜੀਆਂ ਹੋਮੋਪੈਥਿਕ ਕਵਰ ਕਰਦੀ ਹੈ ਹੋਮੋਪੈਥਿਕ ਬਿਮਾਰੀਆਂ ਹੋਮੋਪੈਥਿਕ ਦਵਾਈ ਹਰ ਬਿਮਾਰੀਆਂ ਨੂੰ ਕਵਰ ਕਰਦੀ ਹੈ ਔਰ ਇਹਨਾਂ ਦੇ ਇਨਸਟੈਂਟ ਲਾਏ ਨੇ ਕਈ ਬਿਮਾਰੀਆਂ ਜਿਹੜੀਆਂ ਨਾਲ ਆ ਜਾਂਦਾ ਜਿਹਦਾ ਡਾਇਲਿਸਿਸ ਨਾਲ ਜਾਂ ਲੋਕ ਹੈਗੇ ਆ ਜਾਂ ਫੀਮੇਲਸ ਕਾਫੀ ਪ੍ਰੋਬਲਮ ਹੈਗੀਆਂ ਬੱਚਿਆਂ ਦੀਆਂ ਪ੍ਰੋਬਲਮਸ ਹੈਗੀਆਂ ਔਰ ਹਰ ਬਿਮਾਰੀਆਂ ਨੂੰ ਹੋਮੋਪੈਥਿਕ ਕਵਰ ਕਰਦੀ ਹੈ ਜੀ ਔਰ ਜਲਦੀ ਕਰਦੀ ਹੈ ਇੱਕ ਲੋਕਾਂ ਦੇ ਵਿੱਚ ਮਿਥਾ ਸਲੋ ਕਰਦੀ ਹੈ ਪਰ ਸਲੋ ਨਹੀਂ ਹੈਗਾ ਇਹਦਾ ਇਨਸਟੈਂਟ ਇਲਾਜ ਹੈਗੇ ਆ ਕਿਉਂਕਿ ਬਿਮਾਰੀ ਨੂੰ ਸਮਝ ਕੇ ਜਿਹੜੀ ਦਵਾਈ ਦਿੱਤੀ ਜਾਂਦੀ ਆ ਉਹ ਇੱਕ ਸਕਿੰਟ ਤੋਂ ਪਹਿਲਾਂ ਅਸਰ ਦੇ ਸਕਦੀ ਆ ਬਿਲਕੁਲ ਡਾਕਟਰ ਸਾਹਿਬ ਸਭ ਤੋਂ ਵੱਡੀ ਗੱਲ ਹੈ ਰਮੀ ਜੀ ਕੀ ਇਹਦੀ ਸਭ ਤੋਂ ਵੱਡੀ ਚੀਜ਼ ਹੈ ਦੇਖੀ ਗਈ ਹੈ ਕਿ ਪੂ ਕਿਤੇ ਵੀ ਇੰਡੀਆ ਦੇ ਕਿਸੇ ਕੋਨੇ ਵਿੱਚ ਚਲੇ ਜਾਓ ਹਰ ਬੰਦਾ ਇਹ ਕਹਿੰਦਾ ਹੈ ਕਿ ਜਿਹੜਾ ਹੈ ਐਲੋਪੈਥਿਕ ਦਵਾਈ ਆ ਉਸ ਮਿੰਟਾਂ ਚ ਅਸਰ ਕਰਦੀ ਹੈ ਕਿ ਤੁਸੀਂ ਖਾਤਾ ਤੇ 2 ਮਿੰਟਾਂ ਚ ਖਤਮ ਬਹੁਤ ਸਾਰੀਆਂ ਐਡਸ ਵੀ ਆਉਂਦੀਆਂ ਨੇ ਕਿ 2 ਮਿੰਟ ਚ ਗੈਸ ਖਤਮ ਹੋ ਜਾ 3 ਮਿੰਟ ਚ ਖਤਮ ਹੋ ਜਾ 5 ਮਿੰਟੇ ਅਸਰ ਕਰ ਦਿੰਦੀ ਹੈ ਕਿ ਔਰ ਇਹਦੇ ਵਾਸਤੇ ਜਿਹੜੀ ਇੱਕ ਮਿੱਥ ਲੋਕਾਂ ਦੇ ਵਿੱਚ ਹੈਗੀ ਹੈ ਕਿ ਜਿਹੜੀ ਆਪਣੀ ਹੋਮੋਪੈਥਿਕ ਦਵਾਈ ਹੈ ਉਹ ਸਲੋ ਅਸਰ ਕਰਦੀ ਹੈਗੀ ਆ ਹਰ ਬੰਦੇ ਨੂੰ ਪਤਾ ਕਿ ਸਲੋ ਅਸਰ ਕਰਦੀ ਭਾਵੇਂ ਉਸਨੇ ਕਦੀ ਆਪਣੀ ਲਾਈ ਦੇ ਚ ਹੋਮੋਪੈਥਿਕ ਦਵਾਈ استعمال ਨਹੀਂ ਕੀਤੀ ਬਟ ਉਹਨਾਂ ਨੂੰ ਵੀ ਪਤਾ ਹੈ ਕਿ ਹੋਮੋਪੈਥੀ ਦੀ ਦਵਾਈ ਹੈ ਸਲੋ ਅਸਰ ਕਰਦੀ ਹੈ ਕੀ ਇਹ ਸੱਚ ਹੈ ਇਹ ਸਲੋ ਅਸਰ ਦਾ ਇੱਕ ਬਹੁਤ ਵੱਡਾ ਮਿਥ ਹੈ ਲੋਕਾਂ ਦੇ ਵਿੱਚ ਲੋਕ ਉਸ ਨੂੰ ਯੂਜ਼ ਨਹੀਂ ਕਰਦੇ ਬਾਰੋ-ਬਾਰੀ ਉਹ ਕਹਿੰਦੇ ਰਹਿੰਦੇ ਆ ਲੋਕਾਂ ਨੂੰ ਗਾਈਡ ਕਰਦੇ ਰਹਿੰਦੇ ਆ ਜੇ ਕੋਈ ਹੋਮੋਪੈਥਿਕ ਖਾਂਦਾ ਵੀ ਆ ਉਹਨੂੰ ਵੀ ਗੁੰਮਰਾਹ ਕਰਦੇ ਨੇ ਲੈ ਜੀ ਇਹਨੂੰ ਖਾਣਾ ਇਹ ਤਾਂ ਬਹੁਤ ਅਸਰ ਘਟਾ ਲੇਟ ਵਾ ਪਰ ਇਦਾਂ ਦੀ ਗੱਲ ਬਿਲਕੁਲ ਗਲਤ ਹੈ ਲੋਗੋਸ ਨੂੰ ਯੂਜ਼ ਕਰਕੇ ਦੇਖਣ ਕਿਉਂਕਿ ਕਿਸੇ ਵੀ ਬਿਮਾਰੀ ਨੂੰ ਦੇਖਣ ਵਾਸਤੇ ਉਸ ਦੀ ਜੜ ਕੀ ਆ ਉਹਦਾ ਕਾਰਨ ਕੀ ਬਣਿਆ ਬਿਮਾਰੀ ਨੂੰ ਉਸ ਨੂੰ ਸਮਝ ਕੇ ਜਿਹੜੀ ਦਵਾਈ ਉਸ ਨੂੰ ਸਿਲੇਕਟਡ ਦਿੱਤੀ ਜਾਂਦੀ ਹੈ ਔਰ ਉਹ ਬਹੁਤ ਜਲਦੀ ਔਰ ਕਮੈਂਡ ਤੋਂ ਪਹਿਲਾਂ ਵੀ ਅਸਰ ਦੇ ਸਕਦੀ ਹੈ ਜਿੱਦਾਂ ਕੋਈ ਗੈਸ ਆ ਜਾਂ ਕੋਈ ਸਰਦਾ ਦਾ ਇਹਨਾਂ ਬਿਮਾਰੀਆਂ ਦਾ ਇਲਾਜ ਪੂਰੀ ਖਾਂਦੇ ਸਾਰੇ ਹੋ ਸਕਦਾ ਹੈ ਪਰ ਮੇ ਜੀ ਸਭ ਤੋਂ ਵੱਡੀ ਗੱਲ ਹੈ ਜਦੋਂ ਆਪਾਂ ਇਹ ਦਵਾਈਆਂ ਦੇਖਦੇ ਜਦੋਂ ਇਹ ਸ਼ੀਸ਼ੀਆਂ ਹੁੰਦੀਆਂ ਨੇ ਅਵਲੀਆਂ ਹਨਾ ਤੇ ਤੇ ਲਿਖਿਆ ਹੁੰਦਾ ਮੇਡ ਇਨ ਗਰਮਨੀ ਹਾਂਜੀ ਹੈਨਾ ਹਾਂਜੀ ਤੇ ਕੀ ਹੈ ਵਿਦੇਸ਼ਾਂ ਤੋਂ ਤਿਆਰ ਹੋ ਕੇ ਆਂਦੀ ਕਿ ਆਪਣੇ ਦੇਸ਼ ਵਿੱਚ ਹੀ ਤਿਆਰ ਹੁੰਦੀ ਆਪਣੇ ਦੇਸ਼ ਦੇ ਵਿੱਚ ਵੀ ਬਹੁਤ ਸਾਰੀਆਂ ਫੈਕਟਰੀਆਂ ਆ ਗਈਆਂ ਜਿਹੜੀਆਂ ਅੱਛੀਆਂ ਕੁਆਲਿਟੀਆਂ ਦੇ ਰਹੀਆਂ ਹਨ ਜੀ ਔਰ ਬਹੁਤ ਅੱਛੇ ਉਹਨਾਂ ਦੇ ਰਿਜ਼ਲਟ ਆ ਗਏ ਆ ਜੀ ਇਹ ਲੋਕਾਂ ਦੇ ਥੋੜਾ ਜਿਹਾ ਬਾਕੀ ਕੋਈ ਹਰ ਕੋਈ ਆਪਣੇ ਆਪਣੇ ਹਿਸਾਬ ਨਾਲ ਗੱਲ ਕਰ ਦਿੰਦਾ ਹੈ ਨਹੀਂ ਦਵਾਈਆਂ ਦੇ ਬਹੁਤ ਸਾਰੀ ਕੰਪਨੀਆਂ ਨੇ ਕਿ ਪੂਰੇ ਵਰਲਡ ਦੇ ਆਪਣੇ ਆਪਣੇ ਇੰਧਾਰ ਕੋਈ ਦਵਾਈ ਬਣਾਉਂਦਾ ਹੈ ਹਾਂਜੀ ਹਾਂਜੀ ਬਹੁਤ ਸਾਰੀਆਂ ਕੰਪਨੀਆਂ ਇੰਡੀਆ ਦੇ ਵਿੱਚ ਵੀ ਤੇ ਕਿਰੇਮ 200 ਤੋਂ ਉੱਪਰ ਕੰਪਨੀਆਂ ਹੈ ਤੁਹਾਡੇ ਕੋਲ ਕਿਹੜੀ ਕੰਪਨੀ ਦੀ ਡਿਮਾਂਡ ਬਹੁਤ ਜ਼ਿਆਦਾ ਆਂਦੀ ਹੈ ਜਿੱਤੇ ਸਮਝ ਜੇ ਡੇਂਗੂ ਹੋ ਗਿਆ ਛੋਟੇ ਛੋਟੇ ਬਿਮਾਰੀਆਂ ਲੋਕੀ ਤੁਹਾਡੇ ਕੋਲ ਆਉਂਦੇ ਆ ਹਰ ਕੋਈ ਆਪਣੇ ਹਿਸਾਬ ਨਾਲ ਲਿਖ ਦਿੰਦਾ ਜੀ ਕੋਈ ਕੰਪਨੀ ਕੋਈ ਲਿਖ ਰਿਹਾ ਡਾਕਟਰ ਜਿਸ ਹਿਸਾਬ ਨਾਲ ਉਹਦਾ ਵਿਸ਼ਵਾਸ ਆ ਉਸ ਹਿਸਾਬ ਨਾਲ ਉਹ ਦਵਾਈ ਦੱਸ ਕੇ ਭੇਜ ਦਿੰਦਾ ਜੀ ਤਸਦੀਕ ਕਿਸ ਦਵਾਈ ਦੀ ਸਭ ਤੋਂ ਜ਼ਿਆਦਾ ਇੱਥੇ ਦਵਾਈਆਂ ਦੇ ਕੰਪਨੀ ਦੇ ਅਕੋਰਡਿੰਗ ਔਰ ਡਿਮਾਂਡ ਦੇ ਅਕੋਰਡਿੰਗ ਹੀ ਸੇਲ ਹੋਣੀ ਹੈ ਦਵਾਈਆਂ ਦੀ ਤਾਂ ਹਾਂਜੀ ਜੋ ਡਾਕਟਰ ਦੀ ਰਿਕਮੈਂਡਮੈਂਟ ਆ ਜੀ ਨਹੀਂ ਨਹੀਂ ਕੋਈ ਇਹੋ ਜੀ ਕੰਪਨੀ ਜਿੰਦੇ ਲੋਕਾਂ ਨੂੰ ਟਰਸਟ ਬਹੁਤ ਜ਼ਿਆਦਾ ਹੈ ਬੇਸਿਕਲੀ ਲੋਗ ਜਰਮਨ ਨੂੰ ਪ੍ਰੇਫਰ ਕਰ ਦਿੰਦੇ ਆਂ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆਪਣੀਆਂ ਇੰਡੀਅਨ ਵਿੱਚ ਔਰ ਆਪਣੀ ਸਵਦੇਸ਼ੀ ਕੰਪਨੀਆਂ ਬਹੁਤ ਅੱਛਾ ਅਸਰ ਦਿਖਾ ਦਿੰਦੀਆਂ ਹਨ ਹੂੰ ਹੂੰ ਬਾਕੀ ਹਰੇਕ ਦੀ ਆਪਣੀ ਆਪਣੀ ਰਾਏ ਹੈ ਜੀ ਆਪਣੀ ਆਪਣੀ ਰਾਏ ਹਾਂਜੀ ਔਰ ਆਪਾਂ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਤਕਰੀਬਨ ਕਿੰਨੀ ਕੰਪਨੀਆਂ ਜਿਹੜੀਆਂ ਹੋਮੋਪੈਥਿਕ ਦਵਾਈਆਂ ਤਿਆਰ ਕਰ ਰਹੀਆਂ ਹੈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤਕਰੀਬਨ 150 ਤੋਂ ਉੱਪਰ ਕੰਪਨੀਆਂ ਆ ਜਿਹੜੀਆਂ ਹੋਮੋਪੈਥਿਕ ਦਵਾਈਆਂ ਅੱਜ ਬਣਾ ਰਹੀਆਂ ਨੇ ਔਰ ਕਾਫੀ ਅੱਛੀ ਕੁਆਲਿਟੀਆਂ ਬਣਾ ਰਹੀਆਂ ਨੇ ਜੀ ਔਰ ਲੋਕਾਂ ਨੂੰ ਬਸ ਕਈ ਵਾਰੀ 2-4 ਪਤਾ ਆਉਂਦੀਆਂ ਜਾਂ ਕੁਝ ਵੀ ਆ ਪਰ ਕਾਫੀ ਅੱਛੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਲੋਕਾਂ ਵਾਸਤੇ ਬਹੁਤ ਅੱਛਾ ਵਰਕ ਕਰ ਰਹੀਆਂ ਨੇ ਰਮੇਸ਼ ਜੀ ਜਿਵੇਂ ਬਹੁਤ ਸਾਰੀ ਕੰਪਨੀਆਂ ਹੈ ਕਿਹਨੇ ਹਨਾ ਤੇ ਸਭ ਤੁਹਾਡੇ ਤੁਸੀਂ ਪੰਪਲੇਟ ਦੇ ਵਿੱਚ ਪਾਇਆ ਹੋਇਆ ਹੈ ਕਿ ਬਹੁਤ ਸਾਰੇ ਡਾਕਟਰ ਜਿਹੜੇ ਆਪਣੀ ਜੇਬਾਂ ਭਰਾਂ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਦੇ ਹੈਗੇ ਨੇ ਔਰ ਇਹਦੇ ਵਿੱਚ ਵੱਡੀ ਗੱਲ ਹੈ ਗਈ ਹੈ ਕਿ ਦਵਾਈ ਸੇ ਹਮੇਸ਼ਾ ਤੁਸੀਂ ਲਿਖਿਆ ਕਿ ਡਾਕਟਰ ਤੋਂ ਲਿਖਵਾ ਕੇ ਹੀ ਲਵੋ ਔਰ ਮਾਨਤਾ ਪ੍ਰਾਪਤ ਸਟੋਰ ਤੋਂ ਲਵੋ ਇਹ ਮਾਨਤਾ ਪ੍ਰਾਪਤ ਸਟੋਰ ਦਾ ਕਿੱਦਾਂ ਪਤਾ ਲੱਗਦਾ ਜੀ ਮਾਨਤਾ ਪ੍ਰਾਪਤ ਸਟੋਰ ਉਹ ਹੁੰਦੇ ਹਨ ਮਲਕੀ ਗਵਰਨਮੈਂਟ ਇੱਕ ਇਸ ਨੂੰ ਚੈਨਲ ਨੂੰ ਜਿੱਦਾਂ ਐਲੋਪੈਥਿਕ ਚ ਲਾਇਸੈਂਸ ਦਿੱਤਾ ਜਾਂਦਾ ਦਵਾਈਆਂ ਵੇਚਣ ਲਈ ਰਿਟੇਲ ਸਟੋਰ ਦਾ ਜਾਂ ਹੋਲ ਸੇਲ ਦਾ ਇਹਦੇ ਵਿੱਚ ਹੋਮਿਓਪੈਥੀ ਚ ਵੀ ਇੱਕ ਪ੍ਰੋਪਰ ਚੈਨਲ ਆ ਸਰਕਾਰ ਦਾ ਜਿਹੜਾ ਉਹ ਹੋਲ ਸੇਲ ਦੇ ਲਾਇਸੈਂਸ ਦਿੰਦੀ ਆ ਰਿਟੇਲ ਦੇ ਲਾਇਸੈਂਸ ਦਿੰਦੀ ਆ ਮਲਕੀ ਬੇਸਿਕਲੀ ਉਹ ਆਪਣਾ ਕਾਰੋਬਾਰ ਕਰਨ ਰਿਟੇਲ ਦੇ ਵਿੱਚ ਰਿਟੇਲ ਦਾ ਮਤਲਬ ਇਹ ਆ ਡਾਕਟਰ ਨੇ ਹੀ ਦਵਾਈ ਲਿਖਣੀ ਆ ਔਰ ਲਿਖੀ ਹੋਈ ਦਵਾਈ ਹੀ ਰਿਟੇਲਰ ਨੇ ਦੇਣੀ ਆ ਉਸ ਵਾਸਤੇ ਹੀ ਲਿਖਿਆ ਜਾਂਦਾ ਮਾਨਤਾ ਪ੍ਰਾਪਤ ਮਲਕੀ ਉਹਦੇ ਕੋਲ ਇੱਕ ਲਾਇਸੈਂਸ ਆ ਗਵਰਨਮੈਂਟ ਦਾ ਅਥੋਰਾਈਜ਼ਡ ਆ ਗਵਰਨਮੈਂਟ ਵੱਲੋਂ ਦਵਾਈ ਵੇਚਣ ਵਾਸਤੇ ਉਹ ਮੰਨਤਾ ਬਰਾਬਰਤਾ ਜੀ ਨੋਟ ਪਰ ਜੇਬਾਂ ਦਾ ਭਰਨਾ ਦਾ ਮਤਲਬ ਨੋਟ ਪਰ ਦਾ ਮਤਲਬ ਇਹ ਹੈ ਜਿਹੜੇ ਲੋਕਾਂ ਨੂੰ ਦਵਾਈ ਦਾ ਨਾਮ ਨਹੀਂ ਦੱਸ ਰਹੇ ਦਵਾਈ ਕੀ ਕੋਸਟ ਦੀ ਆ ਚਲੋ ਉਹਦੀ ਫੀਸ ਹੋ ਸਕਦੀ ਆ ਉਹ ਕੁਝ ਵੀ ਹੋ ਸਕਦੀ ਆ ਪਰ ਦਵਾਈ ਦੇ ਨਾਮ ਤੇ ਜਿਹੜੇ ਮਿੱਠੀ ਗੋਲੀ ਦੇ ਰਹੇ ਆ ਉਹ ਬਿਲਕੁਲ ਗਲਤ ਆ ਔਰ ਹੈਲਥ ਨਾਲ ਸਿੱਧਾ ਸਿੱਧਾ ਖਿਲਵਾੜ ਆ ਖਿਲਵਾੜ ਹਾਂਜੀ ਬਿਲਕੁਲ ਉਹੀ ਮੈਂ ਤੁਹਾਡੀ ਵਾਪਸ ਗੱਲ ਤੇ ਆ ਰਿਹਾ ਕਿ ਸ਼ੁਰੂਆਤ ਇਹਪਰ ਹੀ ਕੀਤੀ ਸੀਗੀ ਕਿ ਕੀ ਵਾਕਿਆ ਤੁਸੀਂ ਹੋਮਿਓਪੈਥਿਕ ਨਾਮ ਡਾਕ ਗੋਲੀ ਦੇ ਅਸਰ ਤੇ ਉੱਪਰ ਕਿ ਹੋਮੋਪੈਥੀ ਦੀ ਦਵਾਈ ਦੇ ਨਾਮ ਤੇ ਤੁਸੀਂ ਕਿੱਥੇ ਮਿੱਠੀ ਗੋਲੀ ਤਾਂ ਨਹੀਂ ਖਾਰੇ ਇਹ ਕਿੱਦਾਂ ਪਤਾ ਲੱਗੇਗਾ ਕਿ ਅਸੀਂ ਮਿੱਠੀ ਗੋਲੀ ਖਾਰੇਗੇ ਜਾਂ ਪ੍ਰੋਪਰ ਦਵਾਈ ਖਾਰੇ ਕਿਉਂਕਿ ਜਨਤਾ ਦਾ ਅਨਜਾਨ ਹੈ ਜਨਤਾ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਟਾਈਮ ਤੇ ਜਨਤਾ ਹਰ ਕੁਝ ਦੇਖ ਰਹੀ ਹੈ ਬ੍ਰਾਂਡ ਦੇਖ ਰਹੀ ਹੈ ਡਾਕਟਰ ਕੋਲ ਜਦੋਂ ਜਾਂਦੀ ਹੈ ਅੰਧਾ ਵਿਸ਼ਵਾਸ ਨਾ ਕਰੇ ਠੀਕ ਹੈ ਵਿਸ਼ਵਾਸ ਤਾਂ ਚਾਹੀਦਾ ਹੀ ਹੈ ਔਰ ਜੇ ਉਹ ਗਲਤ ਕਰ ਰਿਹਾ ਤਾਂ ਉਹਨੂੰ ਵੀ ਫੋਕਸ ਕੀਤਾ ਜਾਵੇ ਡਾਕਟਰ ਦਾ ਕੰਮ ਹੈ ਸਿਰਫ ਦਵਾਈ ਲਿਖ ਕੇ ਦੇਣਾ ਔਰ ਉਹ ਦੇ ਕੋ ਦਵਾਈ ਦਾ ਨਾਮ ਲਿਖਵਾਵੇ ਔਰ ਰਿਟੇਲ ਸਟੋਰ ਤੋਂ ਹੀ ਲਈਤੀ ਜਾਵੇ ਜੋ ਕਿ ਸਰਕਾਰ ਤੋਂ ਅਥਰਾਇਜ਼ਡ ਆ ਉਹ ਤੁਹਾਨੂੰ ਡਾਕਟਰ ਵੀ ਗਾਈਡ ਕਰ ਸਕਦਾ ਹੈ ਇਹ ਜੀ ਇਹ ਸਟੋਰ ਤੇ ਜਾ ਕੇ ਲੈ ਲਓ ਉੱਚ ਵੀ ਕੋਈ ਇਦਾਂ ਦੀ ਪ੍ਰੋਬਲਮ ਬਗਾਲ ਨਹੀਂ ਕੰਗਯੋਨ ਡਰਸਟ ਉਹ ਵੀ ਦੱਸ ਸਕਦਾ ਜੀ ਬਿਲਕੁਲ ਤੁਹਾਡੀ ਮਿੱਠੀ ਗੋਲੀ ਸੇਖ ਮੈਨੂੰ ਹੋਰ ਯਾਦ ਆਈ ਗੱਲ ਕਿ ਜਦੋਂ ਵੀ ਆਪਾਂ ਦੇਖਦੇ ਹਾਂ ਕਿ ਕਾਫੀ ਪਰਸਨਸ ਕੋਲ ਦੇਖਦੇ ਕਿ ਹੋਮੋਪੈਥਿਕ ਤੇ ਬਹੁਤ ਛੋਟੀਆਂ-ਛੋਟੀਆਂ ਸ਼ੀਸ਼ੀਆਂ ਹੁੰਦੀਆਂ ਨੇ ਬਹੁਤ ਛੋਟੀਆਂ-ਛੋਟੀਆਂ ਸ਼ੀਸ਼ੀਆਂ ਹੁੰਦੀਆਂ ਤੇ ਇੰਨੀ ਸਾਈਜ਼ ਦੀਆਂ ਤੇ ਉਹਦੇ ਜਿਹੜੇ ਕਲਰਸ ਹੁੰਦੇ ਟੱਕਣ ਦੇ yellow green pink ਦੇ ਨਾਮ ਹੁੰਦੇ ਐ ਅਲੱਗ-ਅਲੱਗ ਹੁੰਦੇ ਨੇ ਕਿ ਉਹ ਜਿਹੜੀਆਂ ਗੋਲੀਆਂ ਠੀਕ ਰੈਂਦੀਆਂ ਜਿਨ੍ਹਾਂ ਦੀ ਪੈਕਿੰਗ ਤੁਹਾਡੇ ਕੋਲ ਹੈਗੀਆਂ ਨੇ ਉਹ ਹੁੰਦੀਆਂ ਨੇ ਨਹੀਂ ਪੈਕਿੰਗਸ ਹਰ ਐਸ ਵਾਲੇ ਹਰ ਚੀਜ਼ ਦੇ ਵਿੱਚ ਅਵੇਲੇਬਲ ਹੈਗੀ ਆ ਪੈਕਕਿੰਗਸ ਵੀ ਐਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਮਿੱਠੀਆਂ ਗੋਲੀਆਂ ਜਿਹੜੀਆਂ ਕਲਰਫੁੱਲ ਆ ਟੱਕਣ ਨੀਲਾ ਪੀਲਾ ਲਾਲ ਉਸ ਤੇ ਨਾ ਜਾਵੇ ਕੋਈ ਮਾਰਕੀਟ ਚ ਸਾਰਾ ਕੁਝ ਅਵੇਲੇਬਲ ਆ ਜੋ ਕਿ ਅਵੇਲ ਹੋ ਸਕਦਾ ਹੈ اچھا ਸਭ ਤੋਂ ਵੱਡੀ ਗੱਲ ਤੁਹਾਨੂੰ ਤੁਹਾਡੇ ਦਾ ਆ ਕੇ ਪਤਾ ਲੱਗੀ ਹੈ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਜਿਹੜੀ ਹੋਮੋਪੈਥਿਕ ਦਵਾਈ ਹੈ ਜਿਹੜੀ ਲੋਕਾਂ ਦੇ ਮਿੱਥ ਹੈ ਕਿ ਜਲਦੀ ਅਸਰ ਨਹੀਂ ਕਰਦੀ ਪਰ ਤੁਹਾਡਾ ਕਹਿਣਾ ਹੈ ਕਿ ਉਹ ਐਲੋਪੈਥਿਕ ਨਾਲੋਂ ਵੀ ਬਹੁਤ ਤੇਜ਼ੀ ਨਾਲ ਅਸਰ ਕਰਦੀ ਹੈ ਉਹ ਜਿਪ ਤੇ ਰੱਖਦੇ ਹੀ ਨਾਲ ਹੀ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਹੋਮੋਪੈਥਿਕ ਦਾ ਕੋਈ ਸਲੋ ਐਕਸ਼ਨ ਨਹੀਂ ਹੈ ਜਿੱਦਾਂ ਕੋਈ ਲੋਕ ਕਹਿੰਦੇ ਸਿਰਦਰਦੀ ਦੀ ਗੋਲੀ ਐਲੋਪੈਥੀ ਦੀ ਖਾ ਲੋ ਤੇ ਤੁਰੰਤ ਆਰਾਮ ਆ ਜਾਂਦਾ ਪਰ ਹੋਮਿਓਪੈਥੀ ਦੇ ਵਿੱਚ ਵੀ ਬਹੁਤ ਜਲਦੀ ਆਰਾਮ ਆਂਦਾ ਹੈ ਕਿਉਂਕਿ ਉਹਦੀ ਕੌਜ਼ ਸਿਰਦਰਦ ਦਾ ਕਾਰਨ ਕੀ ਹੈ ਉਸ ਨੂੰ ਦੇਖਿਆ ਜਾਂਦਾ ਹੈ ਉਹਦੇ ਸਾਹਮਣੇ ਜੇ ਤੁਹਾਨੂੰ ਸਿਲੇਕਟਡ ਮੈਡੀਸਿਨ ਮਿਲ ਜਵੇ ਤਾਂ ਇੱਕ ਸਕਿੰਟ ਦੇ ਵਿੱਚ ਅਸਰ ਦਿਖਾ ਸਕਦੀ ਹੈ ਜੀ ਉਹ ਦੂਸਰੀ ਵੱਡੀ ਗੱਲ ਹੈ ਕਿ ਜਿਹੜੇ ਚੀਜ਼ਾਂ ਤੁਸੀਂ ਖਰਚੇ ਦੱਸੇ ਕਿ ਜਿਹੜੀ ਖਰਚੇ ਵਾਲੇ ਇਲਾਜ ਤੇ ਖਰਚੇ ਲੱਖ ਰੁਪਏ ਆਂਦੇ ਹੈ ਉੱਥੇ ਜਿਹੜਾ ਹੈ ਬੇ ਹੋਮਿਓਪੈਥਿਕ ਦੇ 5-6000 ਰੁਪਏ 'ਚ ਪੂਰਾ ਇਲਾਜ ਹੋ ਜਾਂਦਾ ਹੈ ਕਈ ਬਿਮਾਰੀਆਂ ਹੈਗੀਆਂ ਜਿਹੜੀਆਂ ਲੋਕਾਂ ਨੂੰ ਬਹੁਤ ਡੈਲੀਸਿਸ ਦਾ ਹੈਗਾ ਆ ਜਿੱਦਾਂ ਕੋਈ ਕਾਫੀਆਂ ਜਿਹੜਾ ਫੀਮੇਲ ਦੇ ਵਿੱਚ ਅਸਿਸਟ ਹੁੰਦੀਆਂ ਆ ਜਾਂ ਕੁਝ ਵੀ ਆ ਲੋਕ অপারেশন ਕਰਾ ਰਹੇ ਆ ਲੋਕ ਆਪਣੀ ਮਲਗੇ ਸਰੀਰ ਨੂੰ ਕਟਾਵਾ ਡਾ ਰਹੇ ਆ ਉਹਨਾਂ ਦਾ ਹੋਮੋਪੈਥੀ ਚ ਬਹੁਤ ਅੱਛਾ ਹਲਾ ਜਾਏਗਾ ਔਰ ਅੱچھے ਡਾਕਟਰ ਨੂੰ ਫੋਕਸ ਕਰਕੇ ਉਹਦੇ ਕੋਲ ਪ੍ਰੋਪਰ ਗਾਈਡ ਲੈ ਕੇ ਤੁਸੀਂ ਚੱਲ ਸਕਦੇ ਆ ਉਹ ਤੁਹਾਡੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਆ ਅਚ ਬਿਲਕੁਲ ਉਹ ਕਈ ਦਵਾਈਆਂ ਹੋ ਜਿਹੜੀਆਂ ਜਿਹੜੀ ਲਾਈਫਟਾਈਮ ਚਲਦੀ ਜਿਵੇਂ ਫੋਰ ਐਗਜ਼ਾਮਪਲ ਮੈਂ ਗੱਲ ਕਰ ਰਿਹਾ ਥੈਰਡ ਦੀ ਥੈਰਡ ਦੀ ਇਹੋ ਜਿਹੀ ਦਵਾਈਆਂ ਜਿਹੜੀ ਕਿ ਲਾਈਫਟਾਈਮ ਚਲਦੀ ਹੈ ਉਹਦੇ ਵਾਸਤੇ ਤੁਸੀ ਕੀ ਕਹਿਣਾ ਚਾਹੋਗੇ ਜਿਹੜੀਆਂ ਦਵਾਈਆਂ ਲਾਈਫਟਾਈਮ ਚਲਦੀਆਂ ਪਰ ਹੋਮੋਪੈਥੀ ਦੇ ਵਿੱਚ ਇਹਨਾਂ ਦਾ ਬਹੁਤ ਅੱਛਾ ਲਾਜੇਗਾ ਆ ਉਹ ਛੁੱਟ ਵੀ ਸਕਦੀਆਂ ਆ ਪਰ ਪ੍ਰੋਪਰ ਗਾਈਡੈਂਸ ਹੀ ਲੋੜ ਹੈਗੀ ਆ ਮਨਪ੍ਰੇ ਇਹ ਹਰ ਚੀਜ਼ ਦੇ ਗਾਈਡੈਂਸ ਹੀ ਖੜੀ ਆ ਜੋ ਕਿ ਅਵਿਰ ਹੁਣ ਤੇ ਹੀ ਆਊਗੀ ਸੋ ਸਾਰੇ ਜਾਣਦੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਗੇ ਮੈਂ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਆਪਣੇ ਸੋਸਾਇਟੀ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਜੋ ਹੋਮਿਓਪੈਥਿਕ ਡਾਕਟਰੋਂ ਦਵਾਈ ਲਿਖਵਾ ਕੇ ਉਹ ਬਾਜ਼ਾਰ ਤੋਂ ਮੈਡੀਕਲ ਸਟੋਰ ਤੋਂ ਲੈਣ ਜੋ ਕਿ ਇੱਕ ਸਮਾਜ ਦਾ ਹੀ ਹਿੱਸਾ ਹੁੰਦਾ ਹੈ ਉਹ ਸੋਸਾਇਟੀ ਦੇ ਵਿੱਚ ਹੀ ਵਿਚਰਦਾ ਹੈ ਉਹ ਲੋਕਾਂ ਦੇ ਨਾਲ ਹੀ ਉਹਨੇ ਵੀ ਵਿਚਰਨਾ ਹੁੰਦਾ ਹੈ ਔਰ ਉਸ ਨੂੰ ਵੀ ਫੋਕਸ ਕੀਤਾ ਜਾਵੇ ਔਰ ਦੇਸ਼ ਨੂੰ ਵੀ ਬਚਾਇਆ ਜਾਵੇ। ਥੈਂਕ ਯੂ ਸੋ ਥੈਂਕ ਯੂ ਜੀ। ਸੋ ਦੋਸਤੋ ਇਹ ਸੁਣਿਆ ਕਿ ਰਮੇਸ਼ ਜੀ ਨੇ ਸਾਫ ਕਰ ਦਿੱਤਾ ਹੈਗਾ ਕਿ ਜਿਹੜਾ ਸਮਾਜ ਦੇ ਵਿੱਚ ਇੱਕ ਮਿਥ ਫੈਲਿਆ ਹੋਇਆ ਹੈ ਕਿ ਜਿਹੜਾ ਹੋਮੋਪੈਥਿਕ ਦਵਾਈ ਹੋ ਕਾਫੀ ਲੰਬੇ ਸਮੇਂ ਬਾਅਦ ਅਸਰ ਕਰਦੀ ਔਰ ਇਸ ਦਾ ਜਿਹੜਾ ਇਲਾਜ ਹੈ ਕਾਫੀ ਲੰਬਾ ਚੱਲਦਾ ਲekin ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਬਲਕਿ ਐ ਜੇਪ ਤੇ ਰੱਖਤੇ ਹੀ ਓਨ ਦਾ ਸਪੋਟ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਦੂਸਰੀ ਵੱਡੀ ਗੱਲ ਹੈਗੀ ਹੈ ਕਿ ਜੇਕਰ ਤੁਸੀਂ ਕਿੱਥੋਂ ਵੀ ਦਵਾਈ ਲੈਂਦੇ ਹੋ ਉਸ ਦਵਾਈ ਦੇ ਨਾਮ ਤੇ ਮਿੱਠੀ ਗੋਲੀ ਨਾ ਖਾਂਦੇ ਰਹੇ ਨਾ ਬਿਕੋਜ਼ ਜਿਹੜੀ ਵੀ ਲੋ ਆ ਵੀ ਡਾਕਟਰ ਤੋਂ ਪਰਚੀ ਲਖਵਾ ਕੇ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣ ਆਪਣੇ ਸ਼ਾਇਦ ਦੀ ਸਫਾਈ ਰੱਖੋ ਆਪਣੇ ਮਾਤਾ ਪਿਤਾ ਧਿਆਨ ਰੱਖੋ ਮੇਰੇ ਛੋਟੇ ਭੈਣ ਭਰਾ ਦੇ ਪੜਦੇ ਪੜਦੇ ਲਿਖਦੇ ਰਹਣ ਕਿਉਂਕਿ ਪੜੇਗਾ ਇੰਡੀਆ ਤਾਂ ਅੱਗੇ بڑھےਗਾ ਇੰਡੀਆ ਸੋ ਕੈਮਰਾ ਪਰਸਨ ਵੀ ਮਨਜੀਤ ਦੇ ਨਾਲ ਹਰਦੀਪ ਦੂਆ ਨੂੰ ਦੇਵ ਇਜਾਜ਼ਤ ਧੰਨਵਾਦ